ਪ੍ਰਦੇਸ਼ ਕਾਂਗਰਸ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੇ ਤਹਿਤ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਕਾਂਗਰਸੀ ਵਰਕਰਾਂ ਨੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਵਿੱਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਪੇਸ਼ ਹੈ ਕੈਮਰਾਮੈਨ ਗੁਰਜੀਤ ਸੋਨੂੰ ਦੇ ਨਾਲ ਭੁਪੇਸ਼ ਪ੍ਰਜਾਪਤੀ ਦੀ ਰਿਪੋਰਟ। ਅੱਜ ਤੁਸੀਂ ਦੇਖ ਰਹੇ ਹੋ ਕਿ ਇੰਨੀ ਗਰਮੀ ਦੇ ਬਾਵਜੂਦ ਕਿੰਨੀਆਂ ਭੈਣਾਂ ਆਪਣਾ ਚੁੱਲ੍ਹਾ ਚੌਂਕਾ ਛੱਡ ਕੇ ਆ ਗਈਆਂ, ਕਿੰਨੇ ਲੋਕ ਇੱਥੇ ਧਰਨੇ ਦੇ ਵਿੱਚ ਪਹੁੰਚੇ ਨੇ, ਲੋਕਾਂ ਦੇ ਵਿੱਚ ਅੰਦਰ ਮੋਦੀ ਸਰਕਾਰ ਦੇ ਵਿਰੁੱਧ ਕਿੰਨਾ ਰੋਸ ਹੈ, ਇਹ ਤੁਸੀਂ ਆਪ ਦੇਖ ਸਕਦੇ ਹੋ। ਲੋਕਾਂ ਦਾ ਇਕੱਠ ਦੇਖ ਕੇ ਅੱਜ ਜਿਹੜੇ ਧਰਨੇ ਦਿੱਤੇ ਜਾ ਰਹੇ ਨੇ, ਜ਼ਿਲ੍ਹਾ ਵਾਈਜ਼ ਧਰਨੇ ਨਹੀਂ, 117 ਹਲਕਿਆਂ ਦੇ ਅੰਦਰ ਵਿਧਾਨ ਸਭਾ ਵਾਈਜ਼ ਹਲਕੇ ਨੇ। ਇਹ ਸਿਰਫ ਹੁਸ਼ਿਆਰਪੁਰ ਵਿਧਾਨ ਸਭਾ ਦੇ ਲੋਕ, ਇੰਨੀਆਂ ਭੈਣਾਂ ਇੰਨੇ ਵੀਰ ਜਿਹੜੇ ਇਕੱਠੇ ਹੋਏ ਨੇ, ਤੁਸੀਂ ਦੇਖ ਰਹੇ ਹੋ ਲੋਕਾਂ ਦੇ ਅੰਦਰ ਰੋਸ ਹੈ ਮੋਦੀ ਸਰਕਾਰ ਦੇ ਖਿਲਾਫ਼ ਕਿ ਜਿੰਨੀ ਉਹਨਾਂ ਨੇ ਮਹਿੰਗਾਈ ਕੀਤੀ ਹੈ, ਲੋਕਾਂ ਨਾਲ ਝੂਠੇ ਵਾਅਦੇ ਕਰਕੇ ਇੱਥੇ ਸਰਕਾਰ ਬਣਾਈ, ਲੋਕਾਂ ਨਾਲ ਖਿਲਵਾੜ ਕੀਤਾ। ਲੋਕ ਇਸ ਚੀਜ਼ ਦੇ ਵਿਰੁੱਧ ਹਨ ਔਰ ਲੋਕ 2019 ਦੀਆਂ ਤਿਆਰੀਆਂ ਕਰ ਰਹੇ ਹਨ ਇਹਨਾਂ ਨੂੰ ਸਬਕ ਸਿਖਾਉਣ ਦਾ ਕਿ ਕਿਸ ਤਰ੍ਹਾਂ ਅਸੀਂ ਕਾਂਗਰਸ ਦੀ ਸਰਕਾਰ ਆਏਗੀ, ਲੋਕ ਰਾਜ ਆਏਗਾ, ਲੋਕਾਂ ਦੀ ਆਵਾਜ਼ ਬੁਲੰਦ ਹੋਏਗੀ। ਅੱਜ ਇਹ ਲੋਕਾਂ ਦੀ ਇੱਛਾ ਹੈ। ਜਿਹੜਾ ਪੈਟਰੋਲ ਡੀਜ਼ਲ ਵਧੀਆ ਹੈ ਜੀ, ਸੈਂਟਰ ਸਰਕਾਰ ਨੇ ਤਾਂ ਜਿਹੜੇ ਹੈ ਜੀ, ਪੰਜਾਬ ਸਰਕਾਰ ਨੇ ਵੀ ਸਟੇਟ ਵਾਈਜ਼ ਜਿਹੜੇ ਟੈਕਸ ਲੱਗੇ ਹੋਏ ਉਹਦੇ ਤਾਂ ਘਟਾਉਣ ਲਈ, ਇਹ ਟੈਕਸ ਪੰਜਾਬ ਸਰਕਾਰ ਨੇ ਕੋਈ ਨਵੇਂ ਨਹੀਂ ਲਾਏ, ਇਹ ਪਹਿਲਾਂ ਦੇ ਹੀ ਲੱਗੇ ਹੋਏ। ਪੰਜਾਬ ਸਰਕਾਰ ਨੇ ਕੋਈ ਨਵਾਂ ਟੈਕਸ ਨਹੀਂ ਲਾਇਆ, ਜਦੋਂ ਸੈਂਟਰ ਦਾ ਰੇਟ ਘਟਦਾ ਆਪਣੇ ਆਪ ਰੇਟ ਥੱਲੇ ਆ ਜਾਂਦਾ। ਇਹ ਤਾਂ ਹੁਣ ਇਹਨਾਂ ਕੋਲ ਬਹਾਨਾ ਕੋਈ ਨਹੀਂ, ਇਹ 10 ਸਾਲ ਹੋ ਗਏ ਇਹਨਾਂ ਨੇ ਕੁਝ ਕੀਤਾ ਨਹੀਂ, ਸਟੇਟ ਕਰੇ, ਅਸੀਂ ਤਾਂ GST ਲੰਗਰ ਦੇ ਖਤਮ ਕਰ ਦਿੱਤਾ, ਇਹਨਾਂ ਨੇ ਅਜੇ ਤੱਕ ਉਹ ਨਹੀਂ ਕੀਤਾ। ਇਹ ਐਵੇਂ ਬਹਾਨੇਬਾਜ਼ੀ ਆ ਗੱਲਾਂ ਕਰਨ ਦੀਆਂ ਕਿ ਪੰਜਾਬ ਸਰਕਾਰ ਘੱਟ ਕਰੇ, ਜਿੱਥੋਂ ਪੈਟਰੋਲ ਡੀਜ਼ਲ ਆ ਰਿਹਾ ਪਹਿਲੀ ਜ਼ਿੰਮੇਵਾਰੀ ਤਾਂ ਦੇਸ਼ ਦੀ ਬਣਦੀ ਆ, ਉਹ ਘੱਟ ਕਰਨ ਤਾਂ ਫਿਰ ਹੀ ਘੱਟ ਹੋਏਗਾ ਨਾ। ਇਹਨਾਂ ਨੇ ਤਾਂ 10 ਸਾਲ 'ਚ ਵੀ ਕੁਛ ਨਹੀਂ ਕੀਤਾ, ਹੁਣ ਵੀ ਕੁਛ ਨਹੀਂ ਕੀਤਾ। ਇਹਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ GST ਦੇ ਅੰਡਰ ਲਿਆਉਣ ਦੀ ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ? ਸਰ, ਅਸੀਂ ਤਾਂ ਇਹਨਾਂ ਦੇ ਜੋ ਸੈਂਟਰ ਦਾ ਫੈਸਲਾ ਸਾਰੇ ਦੇਸ਼ ਲਈ ਇੱਕੋ ਹੀ ਫੈਸਲਾ, ਅਸੀਂ ਉਹਨਾਂ ਦੇ ਨਾਲ ਹੈ, ਅਸੀਂ ਕਿਸੇ ਗੱਲੋਂ ਪਿੱਛੇ ਨਹੀਂ ਹੈ। ਲੇਕਿਨ ਕੱਚੇ ਤੇਲ ਦੇ ਅਗਰ ਰੇਟ ਘੱਟ ਹੈ ਤਾਂ ਦੇਸ਼ ਦੇ ਅੰਦਰ ਡੀਜ਼ਲ ਪੈਟਰੋਲ ਦੇ ਰੇਟ ਕਿਉਂ ਵੱਧ ਨੇ? ਅੱਜ ਇਹੀ ਗੱਲ ਦਾ ਅਸੀਂ ਧਰਨਾ ਦਿੱਤਾ, ਇਸੇ ਗੱਲ ਲਈ ਆਵਾਜ਼ ਬੁਲੰਦ ਕਰ ਰਹੇ ਹਾਂ।